ਸਸਿਕਲ ਜੀ ਅੱਜ ਇੱਕ ਫੇਸਬੁੱਕ ਤੇ ਇੱਕ ਪੋਸਟ ਦੇਖੀ ਤੇ ਉਹ ਪੋਸਟ ਸਿੱਧੂ ਮੂਸੇਵਾਲ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਬਾਪੂ ਬਲਕੌਰ ਜੀ ਤੇ ਬੜੀ ਸਤਿਕਾਰਯੋਗ ਹੈ ਤੇ ਪਰ ਉਹ ਜਿਹੜੀ ਪੋਸਟ ਵੇਖੀ ਉਹਨਾਂ ਦੀ ਮੈਂ ਬਾਪੂ ਬਲਕੌਰ ਸਿੰਘ ਦੀ ਉਹ ਦੇਖੀ ਮੈਂ ਰਾਹੁਲ ਗਾਂਧੀ ਦੇ ਨਾਲ ਤੇ ਜਦੋਂ ਉਹਨਾਂ ਦੀ ਪੋਸਟ ਮੈਂ ਰਾਹੁਲ ਗਾਂਧੀ ਦੇ ਨਾਲ ਦੇਖੀ ਉਹਨਾਂ ਦੀ ਫੋਟੋ ਦੇਖੀ ਰਾਹੁਲ ਗਾਂਧੀ ਦੇ ਨਾਲ ਤੇ ਇੱਕ ਨਾ ਬੜਾ ਜਿਵੇਂ ਕਹਿੰਦੇ ਨਿੱਜੀ ਤੌਰ ਤੇ ਇੱਕ ਹਰਟ ਜਾ ਹੋਇਆ ਤੇ ਉਹ ਹੋਣਾ ਵੀ ਇੱਕ ਮੈਨੂੰ ਲੱਗਦਾ ਵੀ ਸਾਰੇ ਪੰਜਾਬੀਆਂ ਨੂੰ ਉਹ ਚਾਹ ਜਿੱਥੇ-ਜਿੱਥੇ ਵੀ ਵਸਦੇ ਹੋਣਗੇ ਤੇ ਉਹ ਸੁਭਾਵਿਕ ਹੈ ਕਿਉਂਕਿ ਇਹ ਜਿਹੜੀਆਂ ਹਕੂਮਤਾਂ ਨੇ ਮੂਸੇਵਾਲਾ ਉਹਦੀ ਜਿਹੜੀ ਹੈ ਜੜੀਆਂ ਹਕੂਮਤਾਂ ਜਾਂਦੀਆਂ ਦੁਸ਼ਮਣ ਬਣ ਗਈਆਂ ਜਿਨ੍ਹਾਂ ਨੇ ਉਹਦੀ ਜਾਨ ਲਈ ਤੇ ਉਹ ਹਕੂਮਤਾਂ ਦੇ ਜੇ ਅੱਜ ਅਸੀਂ ਕਦਮ ਨਾ ਕਦਮ ਲਾ ਕੇ ਤੁਰਦੇ ਆ ਉਹਨਾਂ ਦੇ ਅ ਕੰਦੇ ਨਾਲ ਕੰਦਾ ਜਿਵੇਂ ਕਹਿੰਦੇ ਹੁੰਦੇ ਆ ਮਲਾ ਕੇ ਤੁਰਦੇ ਆ ਤੇ ਫਿਰ ਮੈਨੂੰ ਲੱਗਦਾ ਵੀ ਸਾਡੇ ਅਜ ਤੋਂ ਬਾਅਦ ਕੋਈ ਗੱਲ ਨਹੀਂ ਰਹਿ ਗਈ ਮੂਸੇਵਾਲ ਸਾਹਿਬ ਦੇ ਪਿਤਾ ਜੀ ਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਹੋਣੀ ਹੈ ਕਿ ਜੇ ਮੇਰੀ ਇਹ ਵੀਡੀਓ ਉਹਨਾਂ ਤੱਕ ਪਹੁੰਚੇ ਕਿ ਜਦੋਂ ਉਹ ਡਾਕਟਰ ਗੁਰਵਿੰਦਰ ਸਿੰਘ ਜਿਹੜਾ ਲੁਧਿਆਣੇ ਵਾਲਾ ਜਦੋਂ ਉਹਨੂੰ ਨਾਪਸ਼ਨਾਫ ਬੋਲਦਾ ਸੀ ਸਿੱਧੂ ਮੂਸੇਵਾਲ ਨੂੰ ਤੇ ਉਹਦਾ ਠੋਕਮਾ ਜਵਾਬ ਮੈਂ ਦਿੱਤਾ ਸੀ ਪਰ ਇੱਥੇ ਮੈਨੂੰ ਇਹ ਲੱਗਦਾ ਅੱਜ ਜਿਹੜੀ ਮੈਂ ਇਹਨਾਂ ਦੀ ਫੋਟੋ ਵੇਖੀ ਆ ਉਹਨਾਂ ਦੇ ਨਾਲ ਵੀ ਹੋ ਸਕਦਾ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਅੱਜ ਜਿਹੜੀ ਸਰਕਾਰ ਹੈ ਉਹ ਭਾਜਪੀ ਦੀ ਚੱਲਦੀ ਹੈ ਜਿਹੜੀ ਸੈਂਟਰ ਦੇ ਵਿੱਚ ਹੈ ਤੇ ਜਿਹੜੀ ਪੰਜਾਬ ਚ ਸਰਕਾਰ ਹੈ ਉਹ ਆਮ ਆਦਮੀ ਦੀ ਚਲਦੀ ਹੈ ਤੇ ਇਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਲੱਗਦਾ ਹੋਣਾ ਵੀ ਸਾਨੂੰ ਜਿਹੜੀ ਕਾਂਗਰਸ ਹੈ ਉਹ ਸਾਨੂੰ ਇਨਸਾਫ ਦਿਵਾਊਗੀ ਪਰ ਬਾਪੂ ਬਲਕੌਰ ਸਿੰਘ ਬੜੇ ਸੈਂਸੀਅਰ ਇਨਸਾਨ ਹੈ ਬੜੇ ਸਮਝਦਾਰ ਹੈ ਕਿਉਂਕਿ ਜਿਨ੍ਹਾਂ ਦੇ ਬੇਟੇ ਦੀ ਕਲਮ ਚੋਂ ਨਿਕਲਿਆ ਇੱਕ ਇੱਕ ਸ਼ਬਦ ਨੌਜਵਾਨੀ ਨੂੰ ਜਿਹੜਾ ਹੈਗਾ ਵੀ ਉਹ ਦਿਲਾਂ ਦੀ ਧੜਕਣ ਬਣਦਾ ਤੇ ਉਸ ਸਿੱਧੂ ਮੂਸੇਵਾਲ ਦੇ ਸਾਹਿਬ ਦੇ ਪਿਤਾ ਦੀ ਜਿਹੜੀ ਹੈਗੀ ਹੈ ਸੋਚ ਕੋਈ ਘਟ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਹੁੰਦਾ ਨਾ ਅਕਸਰ ਆਪਾਂ ਕਹਿੰਦੇ ਆ ਵੀ ਖੂਨ ਬੋਲਦਾ ਹੁੰਦਾ ਤੇ ਖੂਨ ਦੇ ਵਿੱਚ ਅਣਖ ਬੋਲਦੀ ਹੁੰਦੀ ਹੈ ਤੇ ਮੂਸੇਵਾਲ ਸਾਹਿਬ ਦੇ ਫਾਦਰ ਸਾਹਿਬ ਨੂੰ ਮੇਰੀ ਇੱਕ ਹੀ ਬੇਨਤੀ ਹੈ ਵੀ ਤੁਹਾਡੇ بیٹے ਨੇ ਸਿੱਧੂ ਮੂਸੇਵਾਲਾ ਜਿਹਦਾ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਉਹਨੇ ਬੜੀ ਅਣਖ ਦੀ ਜ਼ਿੰਦਗੀ ਜਿਉਈ ਹੈ ਜਿੰਨਾ ਚਿਰ ਰਿਹਾ ਉਹ ਜੱਟ ਚਾਹ 29 ਸਾਲਾਂ ਦੀ ਉਮਰ ਚ ਥੁਰਕੇ ਦੁਨੀਆ ਤੋਂ ਪਰ ਉਹ ਬੜਾ ਥਾਪੀ ਮਾਰ ਕੇ ਤੇ ਉਹਨਾਂ ਕੋਲ ਖੜੀ ਕਰਕੇ ਜਿਉਆ ਹੋਇਆ ਬੰਦਾ ਹੈ ਤੇ ਜੇ ਅਸੀਂ ਹੁਣ ਇਹਨਾਂ ਬੰਦਿਆਂ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਆਂ ਤੇ ਇਹਨਾਂ ਨਾਲ ਕਦਮ ਨਾਲ ਕਦਮ ਲਾ ਕੇ ਤੁਰਦੇ ਆਂ ਤੇ ਮੈਨੂੰ ਤਾਂ ਇਹ ਲੱਗਦਾ ਹੈ ਵੀ ਇਹ ਸ਼ਾਇਦ ਉਹ ਸ਼ੋਭਦੀਪ ਸਿੰਘ ਸਿੱਧੂ ਜਿੰਨੇ ਅਣਖ ਰੱਖ ਕੇ ਗਿਆ ਉਹਨੂੰ ਅਸੀਂ ਮਿੱਟੀ 'ਚ ਰੋਲਦੇ ਆ ਮੈਨੂੰ ਨਹੀਂ ਪਤਾ ਉਹਨਾਂ ਦੀਆਂ ਕੀ ਮਜਬੂਰੀਆਂ ਹੋ ਸਕਦੀਆਂ ਪਰ ਮੈਂ ਫੇਰ ਇੱਕ ਵਾਰੀ ਕਹਿ ਦਿਆਂ ਵੀ ਇਹ ਇਸੇ ਪਾਰਟੀ ਵੱਲੋਂ ਸਿੱਧੂ ਮੂਸੇਵਾਲ ਸਾਹਿਬ ਨੇ ਜਿਹੜੀ ਇਲੈਕਸ਼ਨ ਲੜੀ ਸੀਗੀ ਕਾਂਗਰਸ ਵੱਲੋਂ ਜਿਲ੍ਹੇ ਉਹਦੀ ਮੌਤ ਤੋਂ ਬਾਅਦ ਉਹਦੇ ਦੁਨੀਆ ਤੇ ਤੁਰਨ ਤੋਂ ਬਾਅਦ ਜੇ ਧਾਰਨਾ ਲਾਇਆ ਕਿਸੇ ਨੇ ਤਉ ਆਮ ਲੋਕਾਂ ਨੇ ਲਾਇਆ ਪੰਜਾਬ ਦੇ ਲੋਕਾਂ ਨੇ ਲਾਇਆ ਉਹਨੂੰ ਪਿਆਰ ਕਰਨ ਵਾਲੇ ਨੇ ਲਾਇਆ ਉਹਦੇ ਫੈਨਸ ਨੇ ਲਾਇਆ ਜਿੰਨਾ ਜਿੰਨਾ ਦਿਲਾਂ ਦੇ ਵਿੱਚ ਸ਼ਬਦੀਪ ਸਿੰਘ ਸਿੱਧੂ ਧੜਕਦਾ ਸੀ ਉਹਨਾਂ ਬੰਦਿਆਂ ਨੇ ਲਾਇਆ ਧਰਨਾ ਉਹਨਾਂ ਬੰਦਿਆਂ ਨੇ ਕੈਂਡਲ ਮਾਰਚ ਕੀਤੇ ਪਰ ਉੱਥੇ ਕਾਂਗਰਸ ਤਾਂ ਕਿਤੇ ਵੀ ਨਹੀਂ ਸੀਗੀ ਜੇ ਉੱਥੇ ਕਾਂਗਰਸ ਕਿਤੇ ਹੁੰਦੀ ਤਾਂ ਉਹਦੀ ਵਿੱਚ ਸ਼ਮੂਲੀਅਤ ਜਿਹੜਾ ਸੀਗਾ ਉਹ ਰਾਜਾ ਵੜਿੰਗ ਜ਼ਰੂਰ ਕਰਦਾ ਹੁੰਦਾ ਜਿਹੜਾ ਅੱਜ ਪੰਜਾਬ ਦਾ ਕਹਿੰਦਾ ਵੀ ਮੈਂ ਪਾਰਟੀ ਦਾ ਪ੍ਰਧਾਨ ਹਾਂ ਤੇ ਜੀਨੇ ਮੁੜ ਕੇ ਮੂੰਹ ਵੀ ਨਹੀਂ ਦਿਖਾਇਆ ਜੇ ਉਹ ਕਾਂਗਰਸ ਦੀ ਹੁੰਦੀ ਤਾਂ ਫਿਰ ਉਹਦੇ ਵਿੱਚ ਸ਼ਮੂਲੀਅਤ ਚਰਨਜੀਤ ਸਿੰਘ ਚੰਨੀ ਦੀ ਵੀ ਹੋਣੀ ਸੀ ਜਿਹੜਾ ਉਦੋਂ ਮੋਢੇ ਨਾਲ ਮੋਢਾ ਲਾਈ ਖੜਾ ਸੀਗਾ ਜਦੋਂ ਟਿਕਟ ਦਿੱਤੀ ਗਈ ਸੀ ਮੂਸੇਵਾਲ ਸਾਹਿਬ ਨੂੰ ਕਾਂਗਰਸ ਵੱਲੋਂ ਤੇ ਜੇ ਅੱਜ ਅਸੀਂ ਉਹਨਾਂ ਦੇ ਹੀ ਫੇਰ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਆਂ ਕਦਮ ਨਾ ਕਦਮ ਲਾ ਕੇ ਤੁਰਦੇ ਆਂ ਤਾਂ ਮੈਨੂੰ ਲੱਗਦਾ ਇਹ ਕਿਤੇ ਨਾ ਕਿਤੇ ਜਾਂ ਤਾਂ ਉਹ ਕਿਸੇ ਦਬਾਥਲੇ ਆ ਇਹ ਵੀ ਹੋ ਸਕਦਾ ਕਿਉਂਕਿ ਇਹ ਜਿਹੜਾ ਬਲੱਡ ਲਾਈਨ ਆ ਇਹ ਮੈਂ ਇਹਨੂੰ ਬੇਗੈਰ ਤਾਂ ਨਹੀਂ ਕਹਿ ਸਕਦਾ ਕਿਸੇ ਵੀ ਕਿਸੇ ਵੀ ਕੀਮਤ ਤੇ ਨਹੀਂ ਮੈਂ ਕਹਿ ਸਕਦਾ ਇਹ ਤੇ ਮੈਂ ਫੇਰ ਕਹੂੰਗਾ ਇੱਕ ਵਾਰੀ ਸਿੱਧੂ ਮੂਸੇਵਾਲ ਸਾਹਿਬ ਦੇ ਪਿਤਾ ਨੂੰ ਬਲ ਸਰਦਾਰ ਬਲਕੌਰ ਸਿੰਘ ਨੂੰ ਵੀ ਸਭ ਤੋਂ ਵੱਡੀ ਜਿਹੜੀ ਦੁਨੀਆ ਦੀ ਅਨਮੋਲ ਆਪਾਂ ਕਹਿ ਸਕਦੇ ਆਂ ਵੀ ਜਿਹੜੀ ਪੂੰਜੀ ਹੁੰਦੀ ਹੈ ਜਿਦਾ ਕੋਈ ਮੋਲ ਨਹੀਂ ਹੁੰਦਾ ਉਹ ਹੁੰਦੀ ਹੈ ਇਨਸਾਨ ਦੀ ਇੱਕ ਔਲਾਦ ਉਹਦੇ ਬੱਚੇ ਤੇ ਜੇ ਤੁਸੀਂ ਉਹੋ ਹੀ ਖੋਲੇ ਆ ਖੋ ਚੁੱਕੇ ਆ ਉਹ ਤੁਸੀਂ ਇਦੋਂ ਵੱਧ ਤੁਹਾਡਾ ਕੀ ਵਿਗਾੜ ਦਊਗਾ ਕੋਈ ਮੈਨੂੰ ਤਾਂ ਨਹੀਂ ਲੱਗਦਾ ਇਦੋਂ ਵੱਧ ਕੁਝ ਵਿਗਾੜ ਦਊਗਾ ਬੰਦਾ ਕਿਸੇ ਦਾ ਕੋਈ ਤੇ ਜਿਹੜੀਆਂ ਸਰਕਾਰਾਂ ਨਾ ਮੋਢੇ ਨਾ ਮੋਢਾ ਲਾ ਕੇ ਸੀ ਤੁਰੇ ਫਿਰਦੇ ਆ ਇਹ ਉਹ ਹੀ ਸਰਕਾਰਾਂ ਆ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦਾ ਸਵਾਰਾ ਹੀ ਕੁਛ ਨਹੀਂ ਮੈਨੂੰ ਤਾਂ ਉਹ ਬੰਦਿਆਂ ਦੀ ਬੇਗੈਰਤੀ ਤੇ ਹਾਸਾ ਆਉਂਦਾ ਮੈਂ ਮੂਸੇਵਾਲ ਸਾਹਿਬ ਦੇ ਫਾਦਰ ਨੂੰ ਨਹੀਂ ਇਹ ਗੱਲ ਕਹਿੰਦਾ ਮੈਂ ਪੰਜਾਬ ਦੇ ਉਹ ਬੰਦਿਆਂ ਨੂੰ ਗੱਲ ਕਹਣਾ ਵੀ ਉਹਨਾਂ ਬੰਦਿਆਂ ਦੀ ਬੇਗੈਰਤੀ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜੇ ਅੱਜ ਰਾਹੁਲ ਗਾਂਧੀ ਦੇ ਆਉਣ ਤੇ ਪੰਜਾਬ ਦੇ ਵਿੱਚ ਉਹਦੇ ਮੋਢੇ ਨਾਲ ਮੋਢਾ ਲਾ ਕੇ ਤੁਰੇ ਜਾਂਦੇ ਆ ਮੈਨੂੰ ਤਾਂ ਇਹ ਵੀ ਐਂ ਲੱਗਦਾ ਵੀ ਉਹ ਉਹ ਬੰਦਿਆਂ ਨੇ ਉਹਦੀ ਦਾਦੀ ਨੇ ਰਾਹੁਲ ਗਾਂਧੀ ਦੀ ਦਾਦੀ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੰਤ ਜਰਦਲ ਸਿੰਘ ਭਿੰਡਰਾਂ ਵਾਲੇ ਸਭ ਤੇ ਅਟੈਕ ਕੀਤਾ ਤੇ ਜਿਹਦੀ ਮਾਫੀ ਉਹਨਾਂ ਨੇ ਅੱਜ ਤੱਕ ਨਹੀਂ ਮੰਗੀ ਇੱਥੇ ਸਰਦਾਰ ਬਲਕੌਰ ਸਿੰਘ ਨੂੰ ਮੇਰੀ ਦੋ ਵਾਰੀ ਬੇਨਤੀ ਹੈ ਇੱਕ ਵਾਰੀ ਨਹੀਂ ਵੀ ਪਹਿਲੀ ਗੱਲ ਤਾਂ ਇਹ ਉਹ ਦੋਸ਼ੀ ਹੈ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਜਿਨ੍ਹਾਂ ਨੇ ਸੰਤ ਜਰਦਲ ਸਿੰਘ ਭਿੰਡਰਾਂ ਵਾਲੇ ਤੇ ਅਟੈਕ ਕੀਤਾ ਵੀ ਸਾਡਾ ਕਿਸੇ ਵੀ ਤਰੀਕੇ ਇਹਨਾਂ ਬੰਦੇ ਨਾਲ ਮੋਢਾ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਤਰੰਦਾ ਫਰਚ ਨਹੀਂ ਬਣਦਾ ਤੇ ਦੂਜੀ ਬੇਨਤੀ ਮੇਰੀ ਇਹ ਹੈ ਇਹਨਾਂ ਨੂੰ ਵੀ ਜੇ ਤੁਹਾਨੂੰ ਇਹ ਲੱਗਦਾ ਵੀ ਇਨਸਾਫ ਸਾਨੂੰ ਇਹਨਾਂ ਤੋਂ ਮਿਲੂਗਾ ਫਿਰ ਭੁੱਲ ਜੋ ਦਿੱਲੀ ਉਹ ਦਿੱਲੀ ਹੈ ਜਿਨੇ ਤੁਹਾਡੀ ਇੱਕੋ ਇੱਕ ਜਿਹੜਾ ਆਪਾਂ ਕਹਿੰਦੇ ਨਾ ਵੀ ਜਿਹੜਾ ਥੋੜਾ ਚਿਰਾਗ ਖੋਇਆ ਵੈ ਚਾਹੋ ਭਾਜਪੀ ਦੇ ਰੂਪ ਚ ਹੋਵੇ ਚਾਹ ਕਾਂਗਰਸ ਦੇ ਰੂਪ ਚ ਹੋਵੇ ਚਾਹ ਆਮ ਆਦਮੀ ਦੇ ਰੂਪ ਚ ਹੋਵੇ ਤੇ ਚਾਹ ਕਿਸੇ ਵੀ ਰੂਪ ਚ ਹੋਵੇ ਕਿਉਂਕਿ ਇੱਕ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਭਾਈ ਦੀਪ ਸਿੱਧੂ ਨੇ ਇਹ ਗੱਲ ਕਹੀ ਸੀ ਵੀ ਦਿੱਲੀ ਉਹ ਹੈ ਆਰਐਸਐਸ ਉਹ ਹੈ ਜਿਹਦੇ ਦਾਸਰ ਹੈ ਕਦੇ ਉਹ ਰਾਮਣ ਦੇ ਜਿਵੇਂ ਦਾਸਰ ਸੀ ਨਾ ਉਹਵੇਂ ਦਾਸਰ ਹੈ ਦਿੱਲੀ ਦੇ ਕਦੇ ਉਹ ਆਮ ਆਦਮੀ ਦੇ ਰੂਪ ਚ ਆਉਂਦੀ ਹੈ ਕਦੇ ਕਾਂਗਰਸ ਦੇ ਰੂਪ ਚ ਆਉਂਦੀ ਹੈ ਕਦੇ ਭਾਜਪਾ ਦੇ ਰੂਪ ਚ ਆਉਂਦੀ ਹੈ ਤੇ ਕਦੇ ਕਿਸੇ ਹੋਰ ਰੂਪ ਚ ਵੀ ਆ ਸਕਦੀ ਆ। ਸੋ ਮੇਰੀ ਸਰਦਾਰ ਬਲਕੌਰ ਸਿੰਘ ਨੂੰ ਇਹ ਬੇਨਤੀ ਹੈ ਵੀ ਸਾਨੂੰ ਤੁਹਾਡੇ ਨਾਲ ਹਮਦਰਦੀ ਹੈ, ਪੂਰੀ ਹੈ। ਔਰ ਜੇ ਅਸੀਂ ਮੈਂ ਆਪਦੀ ਖੁੱਦ ਹੀ ਗੱਲ ਕਰਦਾ ਜੇ ਮੈਂ ਅੱਜ ਤੱਕ ਤੁਹਾਡੇ ਰੂਬਰੂ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਨਹੀਂ ਖੜਾ ਤਾਂ ਮੈਂ ਪਿੱਛੇ ਵੀ ਨਹੀਂਗਾ। ਮੈਂ ਇੱਕ ਠੋਕੇ ਜਵਾਬ ਦੇਣਾ ਹੁੰਦਾ ਉਹਨਾਂ ਬੰਦਿਆਂ ਨੂੰ ਕਹ ਲੋ ਜਿਹੜੇ ਸਰਦਾਰ ਆਪਣੇ ਸ਼ਬਦੀਪ ਸਿੰਘ ਮੂਸੇਵਾਲ ਨੂੰ ਕੋਈ ਹਵਾ ਤਵਾ ਬੋਲਦੇ ਆ ਜਾਂ ਪੁੱਠਾ ਸਿੱਧਾ ਬੋਲਦੇ ਆ ਉਥੇ ਮੈਂ ਇੱਕ ਠੋਕੇ ਜਵਾਬ ਦਿੰਦਾ ਹੁਣ ਉਹਨਾਂ ਨਾਲ ਬੰਦਿਆਂ ਨੂੰ ਪਰ ਕਈ ਵਾਰੀ ਐ ਵੀ ਹੁੰਦਾ ਵੀ ਜਿਹੜੇ ਸਾਡੇ ਐ ਨੇੜੇ ਨੇੜੇ ਜਿਵੇਂ ਗੋਡਿਆਂ ਜਾਂ ਚਵਜਦੇ ਫਿਰਦੇ ਗਿੱਟਿਆਂ ਜਾਂ ਚਵਜਦੇ ਫਿਰਦੇ ਆ ਤੇ ਜਿੱਥੇ ਕੱਢਣੀ ਹੁੰਦੀ ਆ ਉਹਨਾਂ ਨੇ ਕੋਈ ਜ਼ਰਤ ਦਿਖਾਉਣੀ ਹੁੰਦੀ ਆ ਉਥੇ ਉਹ ਦਿਖਾਉਂਦੇ ਨਹੀਂ ਕਿ ਜ਼ਰਤ ਪਰ ਮੈਂ ਉਹਨਾਂ ਚੋਂ ਨਹੀਂ ਆ ਵੀ ਮੈਂ ਗਿੱਟਿਆਂ ਜਿਆ ਚ ਵੱਜ ਕੇ ਜਾ ਕੇ ਮੈਂ ਫੋਟੋ ਖਿਚਾ ਕੇ ਤੇ ਮੈਂ ਫੇਸਬੁੱਕ ਤੇ ਪਾ ਦਿਆਂ ਫਿਰ ਗੋਡੇ ਜੇ ਇਲਾਕੇ ਮੈਂ ਫੇਸਬੁੱਕ ਤੇ ਪਾ ਦਿਆਂ ਮੈਂ ਉਹ ਬੰਦਾ ਜਿਹੜੇ ਜਵਾਬ ਦੇਣਾ ਤਾਂ ਬੈਠਾ ਹੀ ਦੇ ਦੂੰਗਾ ਜਿੱਥੇ ਬੈਠਾ ਉੱਥੇ ਖੜਾ ਤਾਂ ਖੜਾ ਜਿੱਥੇ ਬੈਠਾ ਤਾਂ ਬੈਠਾ ਜਿੱਥੇ ਜਿਹੜੀ ਗੱਲ ਹੈਗੀ ਐ ਸੋ ਹੈਗੀ ਐ ਇੱਥੇ ਮੈਂ ਫੇਰ ਕਹਿੰਦਾ ਇੱਕ ਵਾਰੀ ਵੀ ਸ਼ੋਭਦੀਪ ਸਿੰਘ ਸਿੱਧੂ ਸਾਹਿਬ ਜਿਹੜੇ ਸੀਗੇ ਉਹ ਅਣਖੀ ਇਨਸਾਨ ਸੀ ਮੈਨੂੰ ਉਸ ਦਿਨ ਜਦੋਂ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਸਿੱਧੂ ਸਾਹਿਬ ਦੀ ਜਿਹੜੀ ਡੈੱਡ ਬੋਡੀ ਨੂੰ ਲੈ ਕੇ ਤੇ ਉਹਦਾ ਅੰਤਮ ਸ਼ਿਸ਼ਕਾਰ ਕਰਨ ਜਾਂਦੇ ਸੀ ਤੇ ਉਸ ਦਿਨ ਦੋ ਚੀਜ਼ਾਂ ਇਕੱਠੀਆਂ ਹੋਈਆਂ ਸੀ ਇੱਕ ਉਹ ਜਿਹੜੀ ਸਿੱਧੂ ਸਾਹਿਬ ਦੇ ਫਾਦਰ ਸਾਹਿਬ ਬਲਕੌਰ ਸਿੰਘ ਨੇ ਪੱਟ ਤੇ ਥਾਪੀ ਮਾਰ ਕੇ ਉਂਗਲ ਖੜੀ ਕੀਤੀ ਤੇ ਇੱਕ ਉਹ ਜਦੋਂ ਸਿੱਧੂ ਸਾਹਿਬ ਦੇ ਪਿਤਾ ਜੀ ਨੇ ਸਰਦਾਰ ਬਲਕੌਰ ਸਿੰਘ ਨੇ ਆਪਦੀ ਪੱਗ ਲਾ ਕੇ ਆਉਦੇ ਹੱਥਾਂ 'ਚ ਫੜ ਕੇ ਤੇ ਸੰਗਤ ਦੇ ਸਾਹਮਣੇ ਕੀਤੀ ਪ੍ਰਸ਼ਾਸਨ ਦੇ ਸਾਹਮਣੇ ਮੰਗ ਰੱਖੀ ਇਹਨਾਂ ਦੋਹਾਂ ਚੀਜ਼ਾਂ ਨੂੰ ਮੈਂ ਬੜਾ ਧਿਆਨ ਨਾਲ ਦੇਖਿਆ ਇੱਕ ਉਹ ਲਾਚਾਰ ਪਿਓ ਜਿੱਥੇ ਪੱਗ ਲਾ ਕੇ ਪ੍ਰਸ਼ਾਸਨ ਦੇ ਸਾਹਮਣੇ ਕੀਤੀ ਵੀ ਮੈਂ ਉਸ ਸ਼ਬਦੀਪ ਸਿੰਘ ਸਿੱਧੂ ਦਾ ਪਿਤਾ ਹੈ ਤਿਆ ਮੇਰੀ ਪੱਗ ਸਿਰ ਤੋਂ ਲਾ ਕੇ ਮੇਰੇ ਹੱਥਾਂ 'ਚ ਫੜੀ ਹੈ ਵੀ ਜਿਹੜੇ ਸ਼ੋਭਦੀਪ ਸਿੰਘ ਸਿੱਧੂ ਨੇ ਇੱਕ ਛੋਟੇ ਜਿਹੇ ਮੂਸੇਵਾਲ ਪਿੰਡ ਤੋਂ ਮਾਨਸਾ ਜ਼ਿਲ੍ਹਾ ਦੇ ਪਿੰਡ ਤੋਂ ਉੱਠ ਕੇ 100 ਅਮਰੀਕਾ 'ਚ 40-50 ਦੇਸ਼ਾਂ ਦੇ ਵਿੱਚ ਜਿਹੜੇ ਦੇਸ਼ ਇੰਡੀਆ ਨੂੰ ਜਾਣਦੇ ਵੀ ਨਹੀਂ ਸੀ ਵੀ ਇੰਡੀਆ ਕਿੱਥੇ ਆ ਉੱਥੇ ਆਪਦਾ ਪਿੰਡ ਦਾ ਨਾਂ ਰੌਸ਼ਨ ਕੀਤਾ ਤੇ ਉੱਥੇ ਆਪਦੀ ਸਰਦਾਰੀ ਕਾਇਮ ਕੀਤੀ ਵੀ ਸਾਡੀ ਜਿਹੜੀ ਹੈਗੀ ਹੈ ਟਰਬਨ ਸਾਡੀ ਜਿਹੜੀ ਪੱਗ ਉਦੀ ਕੀ ਵੈਲਿਊ ਹੈ ਸੋ ਜਿਹੜਾ ਇਨਸਾਨ ਐਡੀ ਵੱਡੀ ਇੱਕ ਮਿਸਾਲ ਪੈਦਾ ਕਰਦਾ ਤੇ ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਇਹ ਬਹੁਤ ਜੋ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ ਪਰ ਅਣਖ ਮੈਨੂੰ ਉਸ ਵੇਲੇ ਲੱਗੀ ਸ਼ੋਭਦੀਪ ਸਿੰਘ ਸਿੱਧੂ ਸਾਹਿਬ ਦੇ ਜਿਹੜੇ ਪਿਤਾ ਜੀ ਨੇ ਜਦੋਂ ਕਾਪੀ ਮਾਰ ਕੇ ਅੰਗਲ ਖੜੀ ਕੀਤੀ ਉੱਥੇ ਮੈਨੂੰ ਇਹ ਲੱਗਦਾ ਸੀ ਵੀ ਵਾਕਈ ਇੱਕ ਅਣਖੀ ਜੱਟ ਇਹੋ ਜਿਹੀ ਜਿਹੜਾ ਹੁੰਦਾ ਇਹੋ ਜਿਹਾ ਖਾਨਦਾਨ ਚ ਹੀ ਪੈਦਾ ਹੋ ਸਕਦਾ ਹੁੰਦਾ ਹੁਣ ਮੈਨੂੰ ਇਹਨਾਂ ਦੋਨਾਂ ਗੱਲਾਂ ਨੂੰ ਜੇ ਮੈਂ ਤਿੰਨਾਂ ਗੱਲਾਂ ਨੂੰ ਮਤਲਬ ਅਨਾਲਿਸਿਸ ਕਰਾਂ ਤੇ ਅੱਜ ਮੇਰੇ ਭਲੇ ਇਹਨੂੰ ਮੈਂ ਹੁਣ ਮੈਂ ਕੀ ਸਮਝਾਂ ਮੇਰੇ ਭਲੇ ਇਹਨਾਂ ਕੋਈ ਗੱਲ ਜੀ ਪੈ ਨਹੀਂ ਰਹੀ ਸੋ ਮੇਰੀ ਤਾਂ ਇੱਕ ਵਾਰੀ ਫੇਰ ਬਣਤੀ ਹੈ ਮੂਸੇਵਾਲ ਸਾਹਿਬ ਦੇ ਪਿਤਾ ਨੂੰ ਵੀ ਜਿਹੜੇ ਗਏ ਉਹਨਾਂ ਨੇ ਮੁੜ ਕੇ ਨਹੀਂ ਆਉਣਾ ਪਰ ਜੋ ਗਏ ਜਿਹੜੇ ਰਸਤੇ ਗਏ ਔਰ ਅਣਖ ਦੇ ਰਸਤੇ ਗਏ ਜਿਹੜੇ ਅਸੀਂ ਉਸ ਅਣਖ ਨੂੰ ਆ ਦਿੱਲੀ ਦੇ ਜਿਹੜੇ ਬੰਦੇ ਇਹਨਾਂ ਦੇ ਪੈਰਾਂ ਚ ਨਾ ਰੁੱਲ ਗਏ ਸੱਚੀ ਸੰ ਜੇ ਅਸੀਂ ਕਹੀਏ ਨਾ ਸ਼ਰਧਾਂਜਲੀ ਤਾਂ ਸ਼ੋਭਦੀਪ ਸਿੰਘ ਸਿੱਧੂ ਨੂੰ ਇਹੀ ਹੋਊਗੀ ਸਾਡਾ ਚਾਹੇ ਉਹ ਸ਼ੋਭਦੀਪ ਸਿੰਘ ਸਿੱਧੂ ਰਿਸ਼ਤੇ ਚੋ ਕੁਛ ਵੀ ਨਹੀਂ ਸੀ ਲੱਗਦਾ ਪਰ ਸਾਨੂੰ ਫਿਰ ਵੀ ਇੰਨਾ ਦਰਦ ਕਿਉਂ ਮਹਿਸੂਸ ਹੁੰਦਾ ਦਾ ਇੰਨਾ ਮਾਣ ਵੀ ਕਿਉਂ ਮਹਿਸੂਸ ਹੁੰਦਾ ਉੱਤੇ ਕਿਉਂਕਿ ਉਹ ਅਣਖੀ ਜੱਟ ਸੀਗਾ ਅਣਖੀ ਬੰਦਾ ਸੀ ਤੇ ਉਹ ਇੱਕ ਇਤਿਹਾਸ ਲਿਖ ਕੇ ਗਿਆ ਸੋ ਮੈਂ ਸਰਦਾਰ ਬਲਕੌਰ ਸਿੰਘ ਨੂੰ ਇਹ ਬੇਨਤੀ ਕਰ ਸਕਦਾ ਸਾਡੇ ਤੋਂ ਬਹੁਤ ਵੱਡੇ ਆ ਉਹ ਵੀ ਅਸੀਂ ਉਸ ਇਤਿਹਾਸ ਨੂੰ ਘੱਟ ਤੋਂ ਘੱਟ ਅਸੀਂ ਤਾਂ ਕੁਛ ਵੀ ਨਹੀਂ ਲੱਗਦੇ ਉਹਦੇ ਸਾਡਾ ਬਲੱਡ ਰਿਲੇਸ਼ਨ ਨਹੀਂ ਕੁਛ ਵੀ ਨਹੀਂ ਉਹਦੇ ਨਾਲ ਪਰ ਅਸੀਂ ਫਿਰ ਵੀ ਇੰਨਾ ਸੋਚਦੇ ਆਂ ਵੀ ਉਸ ਇਤਿਹਾਸ ਨੂੰ ਅਸੀਂ ਗੰਧਲਾ ਨਾ ਕਰੀਏ। ਸੋ ਇੰਨੀਆਂ ਕ ਮੇਰੀਆਂ ਬੇਣਤੀਆਂ ਸਿੰਘਾ ਸਰਦਾਰ ਬਲਕੌਰ ਸਿੰਘ ਨੂੰ ਹਾਲਾਂਕਿ ਸਾਡੇ ਵੱਡੇ ਆ ਉਹ ਪਤਾ ਨਹੀਂ ਉਹ ਕਿਹੜੀਆਂ ਮਜਬੂਰੀਆਂ ਹੋਣਗੀਆਂ ਉਹਨਾਂ ਦੀਆਂ ਜਾਂ ਕੀ ਉਹ ਸੋਚਦੇ ਆਂ ਵੀ ਕੀ ਸਮਝਦੇ ਆ ਇਸ ਗੱਲ ਨੂੰ ਲੈ ਕੇ ਵੀ ਆਹ ਰਾਹੁਲ ਗਾਂਧੀ ਅਰਗਣਾ ਜੇ ਅਸੀਂ ਕਦਮ ਨਾਲ ਕਦਮ ਲਾ ਕੇ ਤੁਰਦੇ ਆਂ ਇੱਥੇ ਤਾਂ ਇਹ ਉਹੀ ਰਾਹੁਲ ਗਾਂਧੀ ਹੋਣੀ ਆ। ਮੈਂ ਫੇਰ ਕਹਦੇ ਆਂ ਇੱਕ ਵਾਰੀ ਵੀ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਲਾ ਦਾ ਕਹਾਣ ਕੀਤਾ ਇਹ ਉਹੀ ਰਾਹਲ ਗਾਂਧੀ ਅਰਗੇ ਆ ਜਿਨ੍ਹਾਂ ਨੇ ਜਿਹਦੀ ਦਾਦੀ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਵੀ ਮਾਫੀ ਨਹੀਂ ਮੰਗੀ ਤੇ ਉਹੀ ਸੰਤ ਜਰਨੈਲ ਸਿੰਘ ਭਿੰਡਰਾਲਾ ਦੇ ਫੈਨ ਸੀ ਇਹਨਾਂ ਦੇ ਬੇਟੇ ਤੇ ਸਾਡੇ ਛੋਟੇ ਭਰਾ ਸ਼ੋਭਦੀਪ ਸਿੰਘ ਸਿੱਧੂ ਜਿਹੜੇ ਆਦੇ ਨਾੜ ਘਰਾਂ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਫੋਟੋ ਲਾ ਕੇ ਰੱਖਦੇ ਸੀਗੇ ਤੇ ਹੌਲੀ ਹੌਲੀ ਚੌਂਦ ਦੇ ਤੇ ਲੱਖ ਦਵਾ ਰਿਹਾ ਹੋਵੇ ਸਟੇਟ ਦਾ ਚੌਤੇ ਲੱਖ ਪਰਚੇ ਪੈ ਗਏ ਹੋਣ ਸਟੇਟ ਦੇ ਚਾ ਜੋ ਵੀ ਮਰਜ਼ੀ ਹੋ ਗਿਆ ਹੋਵੇ ਹੌਲੀ ਹੌਲੀ ਉਸ ਬੰਦੇ ਨੇ ਇੱਕ ਖਾਸ ਉਹਦੀ ਅਹਿਮੀਅਤ ਵੀ ਤਾਂ ਤਾਂ ਹੀ ਹੈ ਨਾ ਇੱਕ ਖਾਸ ਸੋ ਸਰਦਾਰ ਬਲਕੌਰ ਸਿੰਘ ਨੂੰ ਮੈਂ ਇੱਕ ਚੀਜ਼ ਕਹਿਣੀ ਚਾਹੂੰਗਾ ਵੀ ਐਸੇ ਰਾਹਲ ਗਾਂਧੀ ਨੂੰ ਇੱਕ ਗੱਲ ਕਹੋ ਬੀ ਸਿੱਧੂ ਮੂਸੇਵਾਲ ਸਾਹਿਬ ਦੇ ਕੋਈ 2-4 ਗੀਤਾਂ ਦੇ ਬੋਲ ਸੁਣਾ ਦੇ ਮੈਂ ਪੂਰਾ ਗਾਣਾ ਨਹੀਂ ਕਹਿੰਦਾ ਵੀ ਉਹਦਾ ਗਾਣਾ ਸੁਣਾ ਦੇ 2-4 ਗੀਰੇ ਹੀ ਥੋੜੂਗੇ ਤੇ 2-4 ਮੂਸੇਵਾਲ ਸਾਹਿਬ ਦੇ ਗੀਤਾਂ ਦੇ ਇਹਨੂੰ ਕਹੋ ਵੀ ਕੋਈ ਬੋਲ ਸੁਣਾ ਦੇ ਇਹ ਉਹੀ ਰਾਹੁਲ ਗਾਂਧੀ ਹੈ ਇਹ ਉਹੀ ਖਾਨਦਾਨ ਹੈ ਸਿੱਧੂ ਮੂਸੇਵਾਲ ਸਾਹਿਬ ਦਾ ਇੱਕ ਗਾਣਾ ਆਇਆ ਸੀਗਾ ਸਾਨੂੰ ਸਾਡਾ हिमाचल ते हरियाणा दे दियो ਤੇ ਸਾਨੂੰ ਸਾਡਾ ਉਹ ਜਿਹੜਾ ਪਸ਼ੋਕਰ ਤੇ ਸਾਡਾ ਲਾਣਾ ਦੇ ਦਿਓ ਤੇ ਜਿਹੜਾ ਉਹ ਸਾਡਾ ਪਸ਼ੋਕਰ ਤੇ ਸਾਡਾ ਲਾਣਾ ਤੇ ਸਾਡਾ ਹਿਮਾਚਲ ਤੇ ਸਾਡਾ ਹਰਿਆਣਾ ਜਿਹੜਾ ਵੰਡਿਆ ਹੈ ਨਾ ਉਹ ਏਸੇ ਕਾਂਗਰਸ ਨੇ ਵੰਡਿਆ ਤੇ ਹੁਣ ਹੋਰ ਕੀ ਕੀ ਵੰਡਣਾ ਹੈ ਅਜੇ ਪਤਾ ਨਹੀਂਗਾ ਸੋ ਇਹ ਕੱਲ ਵੀ ਪੰਜਾਬ ਦੇ ਦੁਖੀ ਸੀ ਇਹ ਅੱਜ ਵੀ ਪੰਜਾਬ ਦੇ ਦੁਖੀ ਹੈ ਮੂਸੇਵਾਲ ਸਾਹਿਬ ਦੇ ਪਿਤਾ ਜੀ ਨੂੰ ਸਰਦਾਰ ਬਲਕੌਰ ਸਿੰਘ ਨੂੰ ਬੇਨਤੀ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਮੇਰੇ ਸਾਰੇ ਲਾਈਵ ਦੇਖ ਲਓ ਮੈਂ ਕਿਸੇ ਦੇ ਚਰਨਾਂ 'ਚ ਬੇਨਤੀ ਨਹੀਂ ਕੀਤੀ ਹੋਣੀ ਮੈਂ ਫਿਰ ਉਸ ਇਨਸਾਨ ਦੀ ਇੱਜ਼ਤ ਕਰਦਾ ਹੋਇਆ ਕਹਿੰਦਾ ਵੀ ਉਹਨਾਂ ਦੇ ਚਰਨਾਂ 'ਤੇ ਮੈਂ ਬੇਨਤੀ ਹੈ ਵੀ ਇਹੋ ਜਿਹੇ ਬੰਦਾਂ ਨੂੰ ਮੂੰਹ ਲਾਉਣਾ ਬੰਦ ਕਰੋ ਇਹਨਾਂ ਨੇ ਸ਼ੋਭਦੀਪ ਸਿੰਘ ਸਿੱਧੂ ਸਾਹਿਬ ਨੂੰ ਵਾਪਸ ਮੁੜ ਕੇ ਨਹੀਂ ਦੇਣ ਦੇਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ